ਇਹ ਜਿਹੜਾ ਸੁਣਿਆ ਦਿੱਤਾ ਨਾ ਮਾਲਵਿੰਦਰ ਸਿੰਘ ਮਾਲੀ ਨੂੰ, ਇਹ ਬੇਸਿਕਲੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਜਿਹਨਾਂ ਨੂੰ ਆਪਾਂ ਨੈਟੀਜ਼ਨ ਕਹਿ ਦਿੰਦੇ ਹਾਂ, ਇਹ ਉਹਨਾਂ ਸਾਰਿਆਂ ਨੂੰ ਸੁਣਿਆ ਵਾ ਵੀ ਖਬਰਦਾਰ ਜੇ ਤੁਸੀਂ ਬੋਲੇ ਤਾਂ ਮਾਲਵਿੰਦਰ ਮਾਲੀ ਵਾਲਾ ਹੱਲ ਕਰਾਂਗੇ। ਸਰਕਾਰ ਦਾ ਮਾਦਾ ਹੋਣਾ ਚਾਹੀਦਾ ਕਿ ਉਹ ਕ੍ਰਿਟੀਸਿਜ਼ਮ ਸੁਣੇ, ਲੇਕਿਨ ਇੱਥੇ ਸੁਣਨਾ ਤਾਂ ਕੀ ਆ, ਹੁਣ ਇੱਥੇ ਬੋਲਣ 'ਤੇ ਵੀ ਪਾਬੰਦੀ ਲੱਗ ਗਈ ਆ। ਇਹਦਾ ਮਤਲਬ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਕਿ ਤੁਸੀਂ ਬੋਲ ਵੀ ਨਹੀਂ ਸਕਦੇ। ਹਰਸਿਮਰਤ ਦਾ ਨਾਮ ਸ਼ਾਇਦ ਸਿਮਰੋ ਕਹਿੰਦਾ ਸੀ, ਸੁਖਬੀਰ ਨੂੰ ਵੀ ਕੁਛ ਹੋਰ ਕਹਿੰਦਾ ਸੀ, ਸੁੱਖਾ ਗੱਪੀ ਸਮਸਿੰਘ ਅਮਰਿੰਦਰ ਐਂ, ਤਾਂ ਫਿਰ ਉਹ ਵੀ ਇਹਦੇ 'ਤੇ ਪਰਚੇ ਦਰਜ ਕਰਕੇ ਚੱਕ ਲੈਂਦੇ। ਕਿੰਨੀ ਕਤਲੋ ਗਾਰਤ ਹੋ ਰਹੀ ਆ, ਚੋਰੀਆਂ ਹੋ ਰਹੀਆਂ ਪੰਜਾਬ 'ਚ, ਉਹਨਾਂ 'ਤੇ ਤਾਂ ਕੋਈ ਐਕਸ਼ਨ ਨਜ਼ਰ ਆ ਨਹੀਂ ਰਿਹਾ ਪੁਲਿਸ ਦਾ, ਅਤੇ ਆਹ ਜਿਹੜੇ ਲੋਕ ਬੋਲਦੇ ਨੇ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਆ ਇਹਨੇ, ਜਿਹੜਾ ਬੀਜੇਪੀ ਨੇ ਤਿੰਨ ਕਾਨੂੰਨ ਬਣਾਏ ਨੇ, BNS ਕ੍ਰਿਮੀਨਲ IPC ਨੂੰ ਅਮੈਂਡ ਕੀਤਾ, ਸ਼ਾਇਦ ਕਿਤੇ ਉਹ ਤਾਂ ਨਹੀਂ ਚਲਾਤਾ ਇਹਨਾਂ ਦੇ ਉੱਤੇ। ਇਹਦਾ ਮਤਲਬ ਤਾਂ ਫਿਰ ਜੋ ਮੋਦੀ ਸਾਹਿਬ ਦਿੱਲੀ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਸਾਡੇ ਆਪਣੀ ਸਰਕਾਰ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਕਰ ਰਹੀ ਆ, ਕਿ ਉਹਨਾਂ ਨੂੰ ਦਿਸਦਾ ਨਹੀਂ। ਔਰ ਤਾਜ਼ੀ ਜੇਲ੍ਹ ਕੱਟ ਕੇ ਆਏ ਨੇ, ਘੱਟੋ ਘੱਟ ਬੰਦਾ ਜੇਲ੍ਹ 'ਚ ਜਾ ਕੇ ਰਿਅਲਾਈਜੇਸ਼ਨ ਹੁੰਦੀ ਕਿ ਯਾਰ ਮੈਂ ਆਪਣੀ ਸਰਕਾਰ ਨੂੰ ਕਹਾਂ ਕਿੱਦਾਂ ਇੰਨਾ ਜ਼ੁਲਮ ਨਾਟਾ ਆਇਆ। ਮਾਲਵਿੰਦਰ ਸਿੰਘ ਮਾਲੀ ਦੀ ਬੀਤੇ ਰਾਤ ਗ੍ਰਿਫਤਾਰੀ ਹੋਈ ਹੈ, ਉਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਨੇ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਖਹਿਰਾ ਸਾਹਿਬ, ਮਾਲਵਿੰਦਰ ਸਿੰਘ ਮਾਲੀ ਦੇ ਘਰ CIA ਸਟਾਫ ਮੋਹਾਲੀ ਜਾਂਦਾ, ਜਾ ਕੇ ਉਹਨਾਂ ਦੀ ਗ੍ਰਿਫਤਾਰੀ ਕਰਦਾ, ਇਹ ਕਿਹਾ ਜਾਂਦਾ ਕਿ ਜੀ ਤੁਹਾਡੇ ਤੇ ਸੈਕਸ਼ਨ ਤੁਹਾਨੂੰ ਦੱਸ ਦਿੱਤਾ ਜਾਵੇਗਾ, ਬੜਾ ਲੰਮਾ ਸਮਾਂ ਬਹਿਸ ਹੁੰਦੀ ਹੈ ਉਹਨਾਂ ਦੀ ਗ੍ਰਿਫਤਾਰੀ ਨੂੰ ਇਸ ਤਰੀਕੇ ਨਾਲ, ਪੁਲਿਸ ਜਾਣ ਨੂੰ ਤੇ ਪੁਲਿਸ ਤੋਂ ਵੀ ਅੱਗੇ CIA ਸਟਾਫ ਦੇ ਉਹਨਾਂ ਦੇ ਘਰ ਜਾਣ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਜੀ ਮੈਂ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਾ ਵਾਂ, ਮਲਵਿੰਦਰ ਸਿੰਘ ਮਾਲੀ ਇੱਕ ਪੰਜਾਬ ਦੇ ਹੱਕ ਵਿੱਚ ਖੜਨ ਵਾਲਾ ਬੰਦਾ, ਇੱਕ ਆਵਾਜ਼ ਆ, ਔਰ ਉਹ ਇੱਕ ਪੋਲੀਟੀਕਲ ਐਨਾਲਿਸਟ ਵੀ ਹਨ, ਔਰ ਜਦ ਵੀ ਕਿਤੇ ਪੰਜਾਬ 'ਚ ਕੋਈ ਕ੍ਰਾਈਸਿਸ ਆਉਂਦਾ ਤਾਂ ਆਪਣੀ ਗੱਲ ਉਹ ਕਹਿੰਦੇ ਨੇ। ਹੁਣ ਇਹ ਜਿਹੜਾ ਐਕਸ਼ਨ ਹੈਗਾ, ਕਿਉਂਕਿ ਪਿਛਲੇ 2.5 ਸਾਲ ਤੋਂ ਸਰਕਾਰ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਆ, ਔਰ ਆਫਕੋਰਸ ਐਂਟੀ ਐਸਟੈਬਲਿਸ਼ਮੈਂਟ ਬੋਲਣਾ ਐਕਟੀਵਿਸਟ ਜਿਹੜੇ ਹੁੰਦੇ ਨੇ, ਚਾਹੇ ਹਿਊਮਨ ਰਾਈਟਸ ਨੇ ਚਾਹੇ ਕੋਈ ਹੋਰ ਐਕਟੀਵਿਸਟ ਨੇ, ਉਹਨਾਂ ਦਾ ਉਹਨਾਂ ਦਾ ਕੰਮ ਹੁੰਦਾ ਵਾ, ਤੇ ਸਰਕਾਰ ਦਾ ਮਾਦਾ ਹੋਣਾ ਚਾਹੀਦਾ ਕਿ ਉਹ ਕ੍ਰਿਟੀਸਿਜ਼ਮ ਸੁਣੇ, ਲੇਕਿਨ ਇੱਥੇ ਸੁਣਨਾ ਤਾਂ ਕੀ ਆ, ਹੁਣ ਇੱਥੇ ਬੋਲਣ 'ਤੇ ਵੀ ਪਾਬੰਦੀ ਲੱਗ ਗਈ ਆ। ਆਪਣੇ ਪਹਿਲਾਂ ਸਿਆਸੀ ਵਿਰੋਧੀਆਂ ਨੂੰ ਭਗਵੰਤ ਮਾਨ ਨੇ ਪਿਛਲੇ 2.5 ਸਾਲ 'ਚ ਸਿਲੈਕਟਿਵਲੀ ਜਿਹੜੇ ਆਦਮੀ ਉਹਨੂੰ ਲੱਗਦਾ ਸੀ ਚੁੱਭਦੇ ਸੀਗੇ, ਉਹਨਾਂ ਨੂੰ ਕਿਸੇ ਨੂੰ NDPS ਕੇਸ 'ਚ, ਕਿਸੇ ਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ, ਕਿਸੇ ਨੂੰ ਡਿਸਪ੍ਰਪੋਰਸ਼ਨੇਟ ਦੇ ਕੇਸ 'ਚ ਦਰਜਨਾ ਬੰਦੇ ਚੱਕੇ ਜੀ, ਉਹਨਾਂ ਦੇ ਇੱਦਾਂ ਦੇ ਮੁਕੱਦਮੇ ਬਣਾਏ। ਪਰ ਆਹ ਜਿਹੜਾ IT Act ਲਾਉਣਾ, ਇਹ ਤਾਂ ਮੇਅਰ ਸਿਰਫ ਬੋਲਣ ਵਾਸਤੇ ਆ, ਦੈਟ ਮੀਨਸ ਸਾਡਾ ਜਿਹੜਾ ਮੁੱਢਲਾ ਅਧਿਕਾਰ ਆ, ਫੰਡਾਮੈਂਟਲ ਰਾਈਟ ਅਕੋਰਡਿੰਗ ਟੂ ਕੰਸਟੀਟਿਊਸ਼ਨ, ਐਕਸਪ੍ਰੈਸ਼ਨ, ਰਾਈਟ ਟੂ ਐਕਸਪ੍ਰੈਸ਼ਨ ਐਂਡ ਫਰੀਡਮ ਟੂ ਸਪੀਚ, ਇਹਦਾ ਮਤਲਬ ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ ਕਿ ਤੁਸੀਂ ਬੋਲ ਵੀ ਨਹੀਂ ਸਕਦੇ ਜੀ। ਸਰਕਾਰ ਇਹ ਜਿਹੜਾ ਸੁਣਿਆ ਦਿੱਤਾ ਨਾ ਮਾਲਵਿੰਦਰ ਸਿੰਘ ਮਾਲੀ ਨੂੰ, ਇਹ ਬੇਸਿਕਲੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਜਿਹਨਾਂ ਨੂੰ ਆਪਾਂ ਨੈਟੀਜ਼ਨਸ ਕਹਿ ਦਿੰਦੇ ਹਾਂ, ਇਹ ਉਹਨਾਂ ਸਾਰਿਆਂ ਨੂੰ ਸੁਣਿਆ ਵਾ ਵੀ ਖਬਰਦਾਰ ਜੇ ਤੁਸੀਂ ਬੋਲੇ ਤਾਂ ਮਾਲਵਿੰਦਰ ਮਾਲੀ ਵਾਲਾ ਹੱਲ ਕਰਾਂਗੇ। ਜਦੋਂ ਸਾਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਪੋਲੀਟੀਕਲ ਜਮਾਤ ਨੂੰ ਸੁਣਿਆ ਸੀਗਾ ਕਿ ਜੇ ਬੋਲੋਗੇ ਤਾਂ ਤੁਹਾਡਾ ਹਸ਼ਰ ਵੀ ਖੈਰੇ ਅਰਗਾ ਕਰਾਂਗੇ। ਤੁਸੀਂ ਦੇਖੋ ਅੱਜ ਪੰਜਾਬ ਦੇ ਵਿੱਚ ਓਪੋਜੀਸ਼ਨ ਦਾ ਬਹੁਤ ਨੈਗਲੀਜੀਬਲ ਰੋਲ ਆ ਕਿਸੇ ਵੀ ਅਹਿਮ ਮੁੱਦੇ ਤੇ, ਇਸ ਲਈ ਮੇਰੇ ਹਿਸਾਬ ਨਾਲ ਇਹ ਅਨਡਿਕਲੇਅਰਡ ਐਮਰਜੈਂਸੀ। ਔਰ ਦੂਜੀ ਗੱਲ, ਇੱਕ ਪਾਸੇ ਕੇਜਰੀਵਾਲ ਸਾਹਿਬ ਔਰ ਉਹਨਾਂ ਦੇ ਬੰਦੇ ਰੋਜ਼ ਚੀਕਾਂ ਮਾਰ ਰਹੇ ਨੇ BJP ਬਹੁਤ ਤਾਨਾਸ਼ਾਹ ਹੈ, ਹਮਾਰੇ ਸਾਥ ਬਹੁਤ ਜ਼ਿਆਦਤੀ ਹੋਈ, ਤਾਂ ਤੁਸੀਂ ਕੀ ਕਰ ਰਹੇ ਹੋ ਕਿ ਉਹਨਾਂ ਨੂੰ ਦਿਸਦਾ ਨਹੀਂ? ਔਰ ਤਾਜ਼ੀ ਜੇਲ੍ਹ ਕੱਟ ਕੇ ਆਏ ਨੇ, ਘੱਟੋ ਘੱਟ ਬੰਦਾ ਜੇਲ੍ਹ 'ਚ ਜਾ ਕੇ ਰਿਅਲਾਈਜੇਸ਼ਨ ਹੁੰਦੀ ਕਿ ਯਾਰ ਮੈਂ ਆਪਣੀ ਸਰਕਾਰ ਨੂੰ ਕਹਾਂ ਕਿੱਦਾਂ ਇੰਨਾ ਜ਼ੁਲਮ ਨਾਟਾ ਆਇਆ, ਲੇਕਿਨ ਉਹ ਵੀ ਨਹੀਂ ਸਮਝ। ਔਰ ਲਾਸਟਲੀ
ਕੰਮ ਕੀ ਕਰਨ ਵਾਲੇ ਪੁਲਿਸ ਦੇ। ਲਾਰੈਂਸ ਬਿਸ਼ਨੋਈ ਵੀ ਇੰਟਰਵਿਊ ਪਿਛਲੇ ਡੇਢ ਦੋ ਸਾਲ ਤੋਂ ਧੱਕੇ ਖਾ, ਪੁਲਿਸ ਦਾ ਫਰਜ਼ ਹੈ ਕਿ ਉਹਦੇ ਤੇ ਐਕਸ਼ਨ ਲਿਆ ਜਾਵੇ, ਨੰਬਰ ਇੱਕ। ਨੰਬਰ ਦੋ, ਰਾਮ ਰਹੀਮ ਦਾ ਜਿਹੜਾ ਮੁਖੀਆ ਬਾਬਾ ਡੇਰੇ ਵਾਲਾ ਜੀ ਜੀ ਜੀ, ਸੈਂਕਸ਼ਨ ਭਗਵੰਤ ਮਾਨ ਦੇ, ਪੁਲਿਸ ਦਾ ਕੰਮ ਹੈ, ਹੋਮ ਡਿਪਾਰਟਮੈਂਟ ਦਾ ਕੰਮ ਹੈ, ਇਹਦੇ ਤੇ ਐਕਸ਼ਨ ਲਿਆ ਜਾਵੇ। ਡੇਲੀ ਕਤਲੋ ਗਾਰਤ ਹੋ ਰਹੀ ਆ, ਚੋਰੀਆਂ ਹੋ ਰਹੀਆਂ ਪੰਜਾਬ 'ਚ, ਉਹਨਾਂ ਤੇ ਤਾਂ ਕੋਈ ਐਕਸ਼ਨ ਨਜ਼ਰ ਆ ਨਹੀਂ ਰਿਹਾ ਪੁਲਿਸ ਦਾ। ਤੇ ਆਹ ਜਿਹੜੇ ਲੋਕੀ ਬੋਲਦੇ ਨੇ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਆ, ਇਹ ਬਹੁਤ ਸ਼ਰਮਨਾਕ ਆ। ਔਰ ਪੁਲਿਸ ਦਾ ਦੇਰ ਰਾਤ ਕਿਸੇ ਦੇ ਘਰ ਵਿੱਚ ਇੱਦਾਂ ਵੜ ਜਾਣਾ ਬਿਨਾਂ ਵਾਰੰਟਸ ਤੋਂ, ਬਿਨਾਂ ਕਿਸੇ ਗੱਲ ਤੋਂ। ਔਰ ਮੈਨੂੰ ਲੱਗਦਾ ਵਾ ਕਿ ਸ਼ਾਇਦ ਇਹਨੇ ਜਿਹੜਾ ਬੀਜੇਪੀ ਨੇ ਤਿੰਨ ਕਾਨੂੰਨ ਬਣਾਏ ਨੇ, BNS ਕ੍ਰਿਮੀਨਲ IPC ਨੂੰ ਅਮੈਂਡ ਕੀਤਾ, ਸ਼ਾਇਦ ਕਿਤੇ ਉਹ ਤਾਂ ਨਹੀਂ ਚਲਾਤਾ ਇਹਨਾਂ ਦੇ ਉੱਤੇ। ਇਹਦਾ ਮਤਲਬ ਤਾਂ ਫਿਰ ਜੋ ਮੋਦੀ ਸਾਹਿਬ ਦਿੱਲੀ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਸਾਡੇ ਆਪਣੀ ਸਰਕਾਰ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਕਰ ਰਹੀ ਆ। ਇਸ ਲਈ ਬੜਾ ਦੁੱਖ ਹੋਇਆ ਵਾ, ਬੜੀ ਮਾੜੀ ਗੱਲ ਆ। ਔਰ ਮੈਂ ਤਾਂ ਅਪੀਲ ਕਰੂੰਗਾ ਸਾਰੇ ਪੰਜਾਬ ਦੇ ਵਿੱਚ ਲੋਕੀ ਜਿਹੜੇ ਸੋਸ਼ਲ ਮੀਡੀਆ ਤੇ ਘੱਟੋ ਘੱਟ ਆਪਣੀ ਆਵਾਜ਼ ਬੁਲੰਦ ਕਰੋ, ਔਰ ਇਸ ਗੈਰ ਕਾਨੂੰਨੀ ਅਰੈਸਟ ਦੀ ਜਿਹੜੀ ਆ ਉਹਦੀ ਨਿਖੇਧੀ ਕਰੋ। ਅੱਛਾ ਖੈਰ ਸਾਹਿਬ, ਇੱਕ ਗੱਲ ਇੱਥੇ ਹੈ ਜੀ, ਮਤਲਬ ਖੁਦ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹ ਜਦੋਂ ਸੱਤਾ ਵਿੱਚ ਨਹੀਂ ਸਨ 2014 ਤੋਂ ਲੈ ਕੇ ਤੇ 2022 ਤੱਕ, ਲਗਾਤਾਰ ਪਿਛਲੀ ਅਕਾਲੀ ਦਲ ਦੀ ਗੌਰਮੈਂਟ ਨੂੰ ਵੀ ਤੇ ਕਾਂਗਰਸ ਦੀ ਗੌਰਮੈਂਟ ਨੂੰ ਵੀ ਬੜਾ ਟਾਰਗੇਟ ਕਰਦੇ ਰਹੇ ਸ਼ਬਦਾਂ ਰਾਹੀਂ। ਸ਼ਬਦ ਵੀ ਕਈ ਵਾਰ ਤਿੱਖੇ ਬੋਲ ਜਾਂਦੇ ਸੀ, ਕਦੇ ਕੈਪਟਨ ਅਮਰਿੰਦਰ ਸਿੰਘ ਦੀ ਪਜਾਮੀ ਤੇ, ਕਦੇ ਜੇ ਕਹਿਣਾ ਹੋਵੇ ਸੁਖਬੀਰ ਸਿੰਘ ਬਾਦਲ ਦੀ ਤਾਸ਼ ਤੇ, ਬੜੇ ਮਤਲਬ ਤਿੱਖੇ ਸ਼ਬਦਾਂ ਵਿੱਚ ਵੀ ਜਿਹੜਾ ਇਹਨਾਂ ਦੀ ਕਰਦੇ ਰਹੇ, ਕ੍ਰਿਟਿਸਿਜ਼ਮ ਕਰਦੇ ਰਹੇ। ਕੀ ਹੁਣ ਆਪਣੇ ਬਾਰੇ ਕੀ ਲੱਗ ਰਿਹਾ ਤੁਹਾਨੂੰ ਵੀ ਉਹ ਕਿਉਂ ਬਰਦਾਸ਼ਤ ਨਹੀਂ ਕਰ ਰਹੇ? ਨਹੀਂ ਦੇਖੋ, ਭਗਵੰਤ ਮਾਨ ਦਾ ਆਪਾਂ ਇੱਕ ਗੱਲ, ਉਹਦਾ ਅਗਰ ਤੁਸੀਂ ਉਹਦਾ ਕਰੀਅਰ ਦੇਖਦੇ ਆ, ਉਹ ਫਰੀਡਮ ਟੂ ਸਪੀਚ ਨਾਲ ਹੀ ਚੜਿਆ ਨਾ। ਪਹਿਲਾਂ ਕਲਾਕਾਰ ਬਣਿਆ, ਉਹ ਫਰੀਡਮ ਟੂ ਸਪੀਚ ਸੀ ਨਾ, ਤਾਂ ਉਹਦੀ ਕਲਾਕਾਰੀ ਜਿਹੜੀ ਸੀ ਪੰਜਾਬ ਦੇ ਵਿੱਚ ਲੋਕਾਂ ਨੇ ਸੁਣੀ। ਫਿਰ ਸਿਆਸੀ ਜਮਾਤ ਚ ਆਇਆ, ਫਿਰ ਉੱਥੇ ਤੁਸੀਂ ਕਿਹਾ ਕਿ ਆਪਣੇ ਵਿਰੋਧੀਆਂ ਨੂੰ, ਅਕਾਲੀਆਂ ਨੂੰ, ਕਾਂਗਰਸ ਨੂੰ ਬੜੇ ਕਈ ਵਾਰੀ ਤਾਂ ਮਾੜੇ ਸ਼ਬਦ ਵੀ ਵਰਤੇ ਨੇ ਆ। ਹਰਸਿਮਰਤ ਦਾ ਨਾਮ ਸ਼ਾਇਦ ਸਿਮਰੋ ਕਹਿੰਦਾ ਸੀ, ਸੁਖਬੀਰ ਨੂੰ ਵੀ ਕੁਛ ਹੋਰ ਕਹਿੰਦਾ ਸੀ, ਸੁੱਖਾ ਗੱਪੀ ਸਮਥਿੰਗ ਅਮਰਿੰਦਰ ਨੂੰ ਐਂ, ਤਾਂ ਫਿਰ ਉਹ ਵੀ ਇਹਦੇ ਤੇ ਪਰਚੇ ਦਰਜ ਕਰਕੇ ਇਹਨੂੰ ਚੁੱਕ ਲੈਂਦੇ, ਲੇਕਿਨ ਉਹਨਾਂ ਨੇ ਤਾਂ ਕਿਸੇ ਨੇ ਕੀਤਾ ਨੀ। ਤੇ ਇਹ ਜਿਹੜੇ ਅੰਦੋਲਨ ਚੋਂ ਨਿਕਲੀ ਪਾਰਟੀ ਕਹਿੰਦੀ ਅਸੀਂ ਤਾਂ ਚੇਂਜ ਲੈ ਕੇ ਆਵਾਂਗੇ, ਅਸੀਂ ਹਾਲਾਤ ਠੀਕ ਕਰਾਂਗੇ। ਹਾਲਾਤ ਠੀਕ ਤਾਂ ਕੀ ਕਰਨੇ ਸੀਗੇ, ਇਹਨਾਂ ਨੇ ਤਾਂ ਬੀਜੇਪੀ ਦੀ ਤਾਨਾਸ਼ਾਹੀ ਨੂੰ ਵੀ ਮਾਤ ਪਾਈ ਹੋਈ ਪੰਜਾਬ ਦੇ ਵਿੱਚ। ਸੋ ਮੈਂ ਸਮਝਦਾ ਕਿ ਠੀਕ ਆ, ਅੱਜ ਇਹਨਾਂ ਦਾ ਰਾਜ ਹੈਗਾ, ਇਹ ਜ਼ੁਲਮ ਕਰ ਸਕਦੇ ਲੋਕਾਂ ਦੇ, ਪਰ ਇੰਨਾ ਜ਼ੁਲਮ ਦਾ ਭਾਂਡਾ ਨਾ ਭਰੋ ਕਿ ਉਸ ਅਕਾਲ ਪੁਰਖ ਜੀ ਜਵਾਬ ਨਾ ਹੋਵੇ। ਔਰ ਮੈਂ ਮਨਿੰਦਰ, ਆਈ ਐਮ ਆਫ ਦਾ ਫਰਮ ਓਪੀਨੀਅਨ, ਔਰ ਮੇਰਾ ਖਿਆਲ ਆ ਕਿ ਕੇਜਰੀਵਾਲ ਤੇ ਸਿਸੋਦੀਆ ਤੇ ਸੰਜੇ ਸਿੰਘ ਵੀ ਕਰਮਾਂ ਦੇ ਥਿਉਰੀ ਵਿੱਚ ਜ਼ਰੂਰ ਵਿਸ਼ਵਾਸ ਕਰਦੇ ਹੋਣਗੇ। ਇਹੋ ਜਿਹੇ ਕਰਮ ਤੁਸੀਂ ਕਰੋਗੇ, ਓਦਾਂ ਦਾ ਤੁਹਾਨੂੰ ਖਮਿਆਜ਼ਾ ਭੁਗਤਣਾ ਪੈਂਦਾ। ਕਈ ਵਾਰੀ ਅਗਲੀ ਪੀੜ੍ਹੀ ਤੱਕ ਖਮਿਆਜ਼ਾ ਭੁਗਤਦੇ ਨੇ ਲੋਕੀ ਜੀ। ਸੋ ਇਹ ਬੜਾ ਮਿਸਯੂਜ਼ ਆਫ ਪਾਵਰ ਹੈ ਜੀ, ਦੈਟਸ ਵਾਟ ਆਈ ਵੁੱਡ ਸੇ, ਐਂਡ ਆਈ ਵੁੱਡ ਕੰਡੈਮ ਦਿਸ ਅਰੈਸਟ ਐਬਸੋਲੂਟਲੀ ਵੈਰੀ ਸਟਰੋਂਗਲੀ। ਤੇ ਪੁਲਿਸ ਨੂੰ ਵੀ ਥੋੜਾ ਜਿਹਾ ਆਪਣੀ ਰੀੜ ਦੀ ਹੱਡੀ ਸਖ਼ਤ ਕਰਨ ਦੀ ਲੋੜ ਹੈ। ਇੱਦਾਂ ਦੇ ਗੈਰ ਕਾਨੂੰਨੀ ਜਿਹੜੇ ਹੁਕਮ ਨੇ ਉਹਨਾਂ ਦੀ ਪਾਲਣਾ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਵਿੱਚ ਤਰਾਹ ਤਰਾਹ ਹੋਈ ਪਈ ਆ, ਲੋਕਾਂ ਦੇ ਦਿਨੇ ਚੋਰੀਆਂ ਹੋ ਰਹੀਆਂ ਨੇ, ਵਾਲੀਆਂ ਲਾ ਲਏ ਨੇ, ਮੋਟਰਸਾਈਕਲਾਂ ਦੇ ਲੋਕੀ ਘੜੀਸਦੇ ਨੇ ਕੁੜੀਆਂ ਨੂੰ, ਔਰ ਕੋਈ ਦਿਨ ਨਹੀਂ ਜਾਂਦਾ ਜਿੱਦਣ ਕੋਈ ਨਸ਼ੇ ਦੇ ਨਾਲ ਮੌਤ ਨਹੀਂ ਹੁੰਦੀ ਜਾਂ ਕਤਲ ਨਹੀਂ ਹੁੰਦਾ। ਸੋ ਦੈਟ ਇਜ਼ ਦ ਰੀਅਲ ਡਿਊਟੀ ਆਫ ਦਾ ਪੁਲਿਸ ਟੂ ਮੇਨਟੇਨ ਲਾਅ ਐਂਡ ਆਰਡਰ ਐਂਡ ਨਾਟ ਅਰੈਸਟ ਪੀਪਲ ਲਾਈਕ ਮਾਲਵਿੰਦਰ ਸਿੰਘ ਮਾਲੀ। ਇੱਕ ਗੱਲ ਤੁਹਾਡੀ ਜਿਹੜੀ ਤੁਸੀਂ ਗੱਲ ਕੀ ਆ, ਇੱਕ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਮਾਲਵਿੰਦਰ ਮਾਲੀ ਦੇ ਬਹਾਨੇ ਜਾਂ ਮਾਲਵਿੰਦਰ ਮਾਲੀ ਰਾਹੀਂ ਹਰ ਉਸ ਬੰਦੇ ਨੂੰ ਜਿਹੜਾ ਕਿ ਸਰਕਾਰ ਦੀ ਆਲੋਚਨਾ ਕਰਦਾ, ਆਲੋਚਨਾ ਦਾ ਮਤਲਬ ਇਹ ਨਹੀਂ ਕਿ ਨੈਗੇਟਿਵ, ਸਰਕਾਰ ਦੀ ਜਿਹੜੀ ਹੈ ਹਰ ਗੱਲ ਨੂੰ ਲੋਕਾਂ 'ਚ ਰੱਖਣਾ ਵੀ ਇਹ ਗੱਲ ਸਹੀ ਹੈ, ਇਹ ਗੱਲ ਗਲਤ ਹੈ, ਹਰ ਉਹ ਬੰਦਾ ਜਿਹੜਾ ਲੱਗਦਾ ਕਿ ਸਰਕਾਰ 'ਤੇ ਸਵਾਲ ਕਰਦਾ,
ਉਹ ਹਰ ਇੱਕ ਬੰਦੇ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਕਿ ਚੁੱਪ ਹੋ ਜਾਓ ਨਹੀਂ ਤਾਂ ਮਾਲੀ ਵਾਲੇ। ਐਬਸੋਲੂਟਲੀ ਬਿਲਕੁਲ, ਸੋਸ਼ਲ ਮੀਡੀਆ ਯੂਜ਼ਰਸ ਨੂੰ ਸੁਨੇਹਾ ਵਾ। ਤੁਸੀਂ ਦੇਖੋਗੇ ਨਾ ਭਗਵੰਤ ਮਾਨ ਦੇ ਆਪਣੇ ਟਵਿੱਟਰ ਦੇ ਥੱਲੇ ਕਮੈਂਟ ਪੜ੍ਹੋ, ਉਹਦੀ ਫੇਸਬੁੱਕ ਦੀ ਪੋਸਟ ਦੇ ਥੱਲੇ ਕਮੈਂਟ ਪੜ੍ਹੋ, ਲੋਕੀ ਨੈਗੇਟਿਵ ਕਮੈਂਟਿੰਗ ਕਰ ਰਹੇ ਨੇ। ਹੁਣ ਇਹਨਾਂ ਤੋਂ ਇਹ ਗਿਰਿਆ ਨਹੀਂ ਜਾ ਰਿਹਾ, ਇਹ ਚਾਹੁੰਦੇ ਨੇ ਕਿ ਕੋਈ ਵੀ ਥੱਲੇ ਸਾਡੇ ਕੋਈ ਗਲਤ ਕਮੈਂਟ ਵੀ ਨਾ ਲਿਖੇ। ਇਹ ਸੁਣਿਆ ਉਹਨਾਂ ਸਾਰਿਆਂ ਨੂੰ ਹਾਂਜੀ, ਔਰ ਲੋਕੀ ਤੁਹਾਨੂੰ ਪਤਾ ਵਾ ਕਿ ਬਹੁਤ ਛੇਤੀ ਜਿਹੜਾ ਹੈਗਾ ਵਾ ਇੱਦਾਂ ਦੀ ਗੱਲਾਂ ਤੋਂ ਡਰਦੇ ਨੇ, ਭੈ ਭੀਤ ਹੁੰਦੇ ਨੇ, ਔਰ ਸੁਭਾਵਿਕ ਆ। ਤੁਸੀਂ ਦੇਖੋ ਆਪਾਂ ਤਾਂ ਸਾਰੇ ਆਜ਼ਾਦ ਘੁੰਮ ਰਹੇ ਹਾਂ, ਤੇ ਮਲਵਿੰਦਰ ਸਿੰਘ ਮਾਲੀ ਦੇ ਘਰ ਜਾ ਕੇ ਦੇਖੋ ਤੁਸੀਂ ਹਾਲਾਤ ਕੀ ਹੋਣਗੇ ਉਹਦੀ, ਉਹਨਾਂ ਦੇ ਨੇ ਜਿਹੜੇ ਵੀ ਹੋਣਗੇ ਲੜਕੀਆਂ ਬੱਚੇ ਨੂੰਹਾਂ ਪੋਤੇ ਪੋਤੀਆਂ, ਉਹਨਾਂ ਦੇ ਕੀ ਬੀਤਦੀ ਹੋਊਗੀ। ਮਲ ਜਸਟ ਇਮੈਜਿਨ ਭਗਵੰਤ ਮਾਨ, ਕੇਜਰੀਵਾਲ, ਇਫ ਦੇ ਹੈਵ ਟੂ ਗੋ ਥਰੂ ਦਾ ਸੇਮ ਥਿੰਗ ਪ੍ਰੋਸੈਸ ਅਗੇਨ। ਹੁਣ ਕੇਜਰੀਵਾਲ ਸਾਹਿਬ ਦਿੱਲੀ ਜੇਲ੍ਹ ਚ ਰਹੇ ਨੇ, ਕਿੰਨੀਆਂ ਅਰਜ਼ੀਆਂ ਲਾਈਆਂ, ਮੇਰੀ ਸ਼ੂਗਰ ਘੱਟ ਗਈ ਆ, ਮੇਰਾ ਧਿਆਨ ਨਹੀਂ ਰੱਖ ਰਹੇ। ਉਹਦੀ ਘਰਵਾਲੀ ਬੀਬੀ ਜਿਹੜੀ ਸੁਨੀਤਾ, ਉਹ ਕਿੰਨਾ ਰੌਲਾ ਪਾਉਂਦੀ ਸੀਗੀ, ਮੇਰਾ ਪਤੀ ਉਸਕੇ ਸਾਥ ਬੜੀ ਜ਼ਿਆਦਤੀ ਹੋ ਰਹੀ। ਤਾਂ ਤੁਸੀਂ ਤਾਂ ਉਹਦੇ ਨਾਲੋਂ ਵੀ ਵੱਧ ਜ਼ਿਆਦਤੀ ਕਰ ਰਹੇ ਹੋ ਪੰਜਾਬ ਦੇ ਵਿੱਚ ਘੱਟੋ ਘੱਟ। ਚਲੋ ਜੇ ਲੋਕਾਂ ਦਾ ਤੁਹਾਨੂੰ ਕੋਈ ਡਰ ਨਹੀਂ ਗਾ, ਉਸ ਪਰਮਾਤਮਾ ਈਸ਼ਵਰ ਅੱਲਾ ਵਾਹਿਗੁਰੂ ਤੋਂ ਤਾਂ ਡਰੋ ਯਾਰ। ਉਹਦੀ ਕਚਹਿਰੀ ਵਿੱਚ ਤਾਂ ਤੁਹਾਨੂੰ ਇੱਕ ਦਿਨ ਸਾਫ਼ ਦੇਣਾ ਪੈਣਾ ਇਹ ਸਾਰੀਆਂ ਗੱਲਾਂ ਦਾ ਜੀ। ਸੋ ਮੈਨੂੰ ਲੱਗਦਾ ਵਾ ਕਿ ਪੰਜਾਬੀ ਚ ਨੀ ਕਹਿੰਦੇ ਹੁੰਦੇ ਰੱਬ ਭੁੱਲਿਆ ਹੋਇਆ ਇਹਨਾਂ ਨੂੰ, ਉਹ ਭੁੱਲਿਆ ਹੋਇਆ ਯਾਰ, ਵੈਰੀ ਅਨਫੋਰਚੁਨੇਟ ਜੀ। ਧੰਨਵਾਦ ਖੈਰਾ ਸਾਹਿਬ।